ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਿ ਅੱਜ 29 ਦਸੰਬਰ ਰਾਤ ਦੀ ਕੀ ਅਪਡੇਟ ਹੈ ਅੱਜ ਦੇਰ ਸ਼ਾਮ ਤੋਂ ਕੱਲ ਸਵੇਰ ਤੱਕ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਿਹਾ ਕਿ ਬੱਦਲ ਬਾਈ ਹਾਲੇ ਵੀ ਸ਼ਾਮ ਦੇ ਆਸ-ਪਾਸ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ ਦਿਨ ਦੇ ਸਮੇਂ ਆਪਾਂ ਨੂੰ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਪੱਛਮੀ ਖੇਤਰਾਂ ਤੋਂ ਹਲਕੀਆਂ-ਫੁਲਕੀਆਂ ਕਣੀਆਂ ਦੇਖਣ ਨੂੰ ਮਿਲੀਆਂ ਨੇ ਤਾਂ ਸਾਰੇ ਤੇ ਲਗਭਗ ਦਿਨ ਦੇ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਾਂ ਨੂੰ ਹਲਕੀਆਂ ਦਰਮਿਆ ਤੇ ਕੁਝ ਭਾਗ ਕੇਵਲ ਬੱਦਲਬਾਈ درمیان ਖੁਸ਼ਕ ਵੀ ਰਹੇ ਨੇ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸਿਆ ਸੀ ਤੇ ਹੁਣ ਅੱਜ ਰਾਤ ਦੀ ਗੱਲ ਕਰੀਏ ਤਾਂ ਬੱਦਲਬਾਈ ਟੁੱਟਵੇਂ ਰੂਪ ਵਿੱਚ ਜੱਦੀ ਰਾਤ ਤੱਕ ਬਣੀ ਰਹੇਗੀ ਮੀਂਹ ਦੇ ਹਾਲਾਤ ਦੀ ਗੱਲ ਕਰੀਏ ਤਾਂ ਮੀਂਹ ਪਹਿਲਾਂ ਨਾਲੋਂ ਹਾਲਾਤ ਥੋੜੇ ਜਿਹਾ ਘਟਣਗੇ ਪਰ ਪੰਜਾਬ ਦੇ ਕੁਝ ਪੱਛਮੀ ਮਾਝੇ ਦਾ ਖੇਤਰ ਹੋਵੇ ਜਿਵੇਂ ਅਮਰਸਰ ਗੁਰਦਾਸਪੁਰ ਤਰਨਤਾਰਨ ਸਾਹਿਬ ਦੇ ਇਲਾਕੇ ਹੋਗੇ ਪਠਾਨਕੋਟ ਹੋ ਗਿਆ ਤੇ ਕੁਝ ਭਾਗ ਦੁਆਬੀ ਦੇ ਵਿੱਚ ਆ ਸਕਦੇ ਨੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਦੇ ਨੰਗਲ ਅਨੰਦਪੁਰ ਸਾਹਿਬ ਤੱਕ ਦੇ ਭਾਗ ਤੇ ਉਧਰ ਆਪਣੇ ਕੁਝ ਚੰਡੀਗੜ੍ਹ ਮੋਹਾਲੀ ਸਾਈਡ ਦੇ ਇਲਾਕੇ ਇਨ੍ਹਾਂ ਹਿੱਸਿਆਂ ਦੇ ਵਿੱਚ ਬੱਦਲਬਾਈ ਨਾਲ ਕੁਝ ਰਾਤ ਸਮੇਂ ਵੀ ਹਲਕੀਆਂ-ਫੁਲਕੀਆਂ ਕਣੀਆਂ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਪਰ ਕੋਈ ਜ਼ਿਆਦਾ ਭਾਰੀ ਮੀਂਹ ਦੇ ਸਾਰ ਨਹੀਂ ਹੋਣਗੇ ਉਸ ਤੋਂ ਬਿਨਾਂ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਮਾਲਵੇ ਦਾ ਖੇਤਰ ਹੈ ਰਾਜਸਥਾਨ ਦੇ ਨੇੜੇ ਜਾਂ ਹਰਿਆਣੇ ਦੇ ਨੇੜੇ ਹੋਗੇ ਅਜ ਪੰਜਾਬ ਮੱਧ ਪੰਜਾਬ ਦੇ ਇਲਾਕੇ ਹੋਗੇ ਉਹ ਲਗਭਗ ਜ਼ਿਆਦਾਤਰ ਠੀਕ-ਠਾਕ ਬਣੇ ਰਹਣਗੇ ਕੁਝ ਹਲਕੀ-ਫੁਲਕੀ 1-2 ਇਲਾਕਿਆਂ ਵਿੱਚ ਕਣੀਆਂ ਪੈ ਸਕਦੀਆਂ ਨੇ ਕੋਈ ਜ਼ਿਆਦਾ ਮੀਂਹ ਦੇ ਹਾਲਾਤ ਨਹੀਂ ਹੋਣਗੇ ਕਿਉਂਕਿ ਇਹ ਸਿਸਟਮ ਜਿਹੜਾ ਜ਼ਿਆਦਾਤਰ ਪ੍ਰਭਾਵ ਹੈ ਉਹ ਲਗਭ ਰਹੇਗਾ ਪਿਛਲੀਆਂ ਰਾਤਾਂ ਦੇ ਮੁਕਾਬਲੇ 1 ਤੋਂ 2 ਡਿਗਰੀ ਤੱਕ ਜ਼ਿਆਦਾ ਰਹੂਗਾ ਤੇ ਹਵਾਵਾਂ ਉੱਤਰ-ਪੱਛਮ ਦਿਸ਼ਾ ਤੋਂ ਕੁਝ ਹਿੱਸਿਆਂ ਵਿੱਚ ਤੇ ਬਾਕੀ ਦੱਖਣ-ਪੂਰਬੀ ਹਵਾਵਾਂ ਦੇ ਵੀ ਕੁਝ ਹਲਕਾ-ਫੁਲਕਾ ਰੁੱਖ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਸੂਰਤ ਸਮੇਂ ਬਦਲਮੀਆਂ ਦਿਸ਼ਾਵਾਂ ਤੋਂ ਹਵਾਵਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲਣਗੀਆਂ ਤੇ ਬਾਕੀ ਕੱਲ ਦੀ ਜੋ ਅਪਡੇਟ ਆਉ ਕੱਲ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਉਦੋਂ ਤੱਕ ਲਈ ਇਜਾਜ਼ਤ ਦਿਓ ਧੰਨਵਾਦ ਜੀ